ਦਮਨਪ੍ਰੀਤ ਸਿੰਘ, ਪਰਮਪ੍ਰੀਤ ਸਿੰਘ ਤੇ ਸ਼ਿਵਰਾਜ, ਇਹ ਤਿੰਨੋਂ ਨੌਜਵਾਨ ਮੋਟਰਸਾਈਕਲਾਂ ਦੀ ਆਪਸ 'ਚ ਹੋਈ ਟੱਕਰ 'ਚ ਮਾਰੇ ਗਏ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਮੋਟਰਸਾਈਕਲਾਂ ਦੀ ਹਾਲਤ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ। ਕੱਲ੍ਹ ਜਿਹੜਾ ਬੀਤੀ ਰਾਤ ਆ ਕਰੀਬ 7 ਵਜੇ ਜਿਹੜੀ ਦੁਖਦਾਈ ਘਟਨਾ ਵਾਪਰੀ ਹੈ, ਜਿਹ 'ਚ ਦੋ ਮੋਟਰਸਾਈਕਲ ਸੀਗੇ, ਉਹ ਆਹਮਣੋ ਸਾਹਮਣੇ ਟੱਕਰ ਹੋ ਗਈ ਅਤੇ ਦੋਨੇ ਮੋਟਰਸਾਈਕਲਾਂ 'ਤੇ ਦੋ ਦੋ ਨੌਜਵਾਨ ਸੀ, ਜਿਨ੍ਹਾਂ 'ਚੋਂ 3 ਦੀ ਡੈਥ ਹੋ ਚੁੱਕੀ ਹੈ ਅਤੇ 1 ਇੰਜਰਡ ਹੈ। ਪੁਲਿਸ ਵੱਲੋਂ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਅਤੇ ਜੋ ਸਟੇਟਮੈਂਟ ਹੋਊਗੀ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਹੈ ਉਹ ਅਸੀਂ ਕਰ ਰਹੇ ਹਾਂ। ਮੇਰਾ ਬੱਚਾ ਜੀ ਘੁੰਮਸਾਨ ਮੋਟਰਸਾਈਕਲ ਮੁੰਡੇ ਨੂੰ ਛੱਡਣ ਗਿਆ ਸੀਗਾ ਜੀ, ਉੱਧਰੋਂ ਵਾਪਸ ਆ ਰਿਹਾ ਸੀਗਾ, ਵਾਪਸ ਆਉਂਦੇ ਉਹਨਾਂ ਦਾ ਐਕਸੀਡੈਂਟ ਹੋਇਆ। ਇਹ +1 'ਚ ਪੜ੍ਹਦਾ ਸੀਗਾ ਜੀ, ਉਦੋਂ ਬਾਅਦ ਦੇ ਵਿੱਚ ਉੱਥੋਂ ਮੈਨੂੰ ਫੋਨ ਆਇਆ, ਮੈਂ ਫੋਨ 'ਤੇ ਗਿਆ ਅਤੇ ਐਂਬੂਲੈਂਸ ਸੱਦੀ, ਐਂਬੂਲੈਂਸ 'ਚ ਪਾ ਕੇ ਸਰਕਾਰੀ ਹਸਪਤਾਲ ਲੈ ਗਏ। ਸਰਕਾਰੀ ਵਾਲਿਆਂ ਨੇ ਉਦੇਸ਼ ਦਾ ਪਰਚਾ ਕੱਟਤਾ ਅਤੇ ਉਦੇਸ਼ 'ਚ ਜਾਣ ਸਾਰ ਬੱਚੇ ਦੀ ਮੌਤ ਹੋ ਗਈ। ਸਾਡੇ ਪਿੰਡ ਅਚਾਨਕੀ ਜੀ ਕੱਲ੍ਹ 6:30 ਦੇ ਕਰੀਬ ਦੋ ਬੱਚੇ ਸੀਗੇ ਜੋ ਟਿਊਸ਼ਨ 'ਤੇ ਜਾਂਦੇ ਸੀ, ਤਪਾ ਮੰਡੀ ਜੀ, ਤਪਾ ਮੰਡੀ ਤੋਂ ਟਿਊਸ਼ਨ ਤੋਂ ਵਾਪਸ ਆ ਰਹੇ ਸੀ। ਅਚਾਨਕ ਦੋ ਮੋਟਰਸਾਈਕਲ ਬੇਕਾਬੂ ਹੋ ਕੇ ਆਪਸ ਵਿੱਚ ਟਕਰਾ ਗਏ, ਜੋ ਕਿ ਬੱਚੇ ਇੱਕ 14 ਸਾਲ ਦਾ ਸੀ, ਇੱਕ 17 ਸਾਲ ਦਾ ਸੀ, ਦੂਜੇ ਬੱਚੇ ਸੀ ਜਿਹੜੇ ਉਹ ਤਪੇ ਤੋਂ ਸੀ ਜੀ, ਉਹ ਵੀ 17 ਸਾਲ ਦੀ ਉਮਰ ਦੇ ਸੀ। ਅਚਾਨਕ ਉਹਨਾਂ ਤੋਂ ਬੇਕਾਬੂ ਹੋ ਕੇ ਮੋਟਰਸਾਈਕਲ ਇੱਕ ਦੂਜੇ ਦੇ ਵਿੱਚ ਵੱਜੇ, ਜੋ ਕਿ ਮੌਕੇ 'ਤੇ ਹੀ ਬੱਚੇ ਦੀ, ਦੋ ਬੱਚਿਆਂ ਦੀ, ਤਿੰਨ ਬੱਚਿਆਂ ਦੀ ਮੌਤ ਹੋ ਗਈ। ਜੋ ਪਿੰਡ ਘੁੰਸ ਦੇ ਦੋ ਬੱਚੇ ਹਨ, ਦਮਨਪ੍ਰੀਤ ਸਿੰਘ ਅਤੇ ਧਰਮਪ੍ਰੀਤ ਸਿੰਘ, ਇਹਨਾਂ ਬੱਚੇ ਟਿਊਸ਼ਨ ਤੋਂ ਵਾਪਸ ਆ ਰਹੇ ਸੀ, ਅਚਾਨਕ ਹੀ ਟਕਰਾਉਣ ਕਾਰਨ ਇਹ ਬੱਚਿਆਂ ਦੀ ਮੌਤ ਹੋ ਗਈ। ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਫੈਲੀ ਹੋਈ ਹੈ। ਸਾਡੇ ਪਿੰਡ 'ਚ ਬਹੁਤ ਹੀ ਮਾੜੀ ਦੁਖਦਾਈ ਘਟਨਾ ਵਾਪਰੀ ਹੈ, ਜੋ ਬਹੁਤ ਹੀ ਸਹਿਣਸ਼ੀਲਤਾ ਯੋਗ ਨਹੀਂ। ਸੋ ਅਸੀਂ ਇਸ ਬੱਚਿਆਂ ਦੇ, ਜੋ ਇਹ ਬੱਚੇ ਸਨ, ਇਹ ਪਰਿਵਾਰ, ਦੋਨੇ ਬੱਚੇ ਅਮਰਧਾਰੀ ਸਨ ਅਤੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਪਿੰਡ ਦੇ ਵਿੱਚ, ਬਹੁਤ ਬੁਰਾ ਹਾਲ ਹੈ ਪਿੰਡ ਦੇ ਵਿੱਚ, ਸੋਗ ਦੀ ਲਹਿਰ ਫੈਲੀ ਹੋਈ ਹੈ। ਹਾਦਸੇ ਤੋਂ ਬਾਅਦ ਪੂਰੇ ਪਰਿਵਾਰ 'ਚ ਸੋਗ ਦੀ ਲਹਿਰ ਹੈ। ਘਰਦਿਆਂ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਮੁੰਡੇ ਨੂੰ ਟਿਊਸ਼ਨ ਛੱਡਣ ਗਏ ਦਮਨਪ੍ਰੀਤ ਹੁਣ ਕਦੇ ਘਰ ਲੌਟ ਕੇ ਵਾਪਸ ਨਹੀਂ ਆਵੇਗਾ। ਬਰਨਾਲਾ ਤੋਂ ਆਸ਼ੀਸ਼ ਸ਼ਰਮਾ ਦੀ ਰਿਪੋਰਟ।